ਮੋਗਾ ਡੀਟੀਓ ਦਫ਼ਤਰ ਤੋਂ ਬਾਅਦ ਦੁਪਹਿਰ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਫਰੀਦਕੋਟ ਦੇ ਕੁਝ ਅਧਿਕਾਰੀਆਂ ਦੇ ਵੱਲੋਂ ਦਫ਼ਤਰ ਦੇ ਕੁਝ ਕਮਰਿਆਂ ਨੂੰ ਤਾਲਾ ਲਗਾ ਦਿੱਤਾ ਗਿਆ ਅਤੇ ਉੱਥੇ ਕੰਮ ਕਰ ਰਹੇ ਅਧਿਕਾਰੀਆਂ ਨੂੰ ਕਮਰੇ ਤੋਂ ਬਾਹਰ ਕੱਢ ਦਿੱਤਾ ਗਿਆ। ਹਾਲੇ ਤੱਕ ਇਸ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਕਿ ਦਫ਼ਤਰ ਦੇ ਇਹਨਾਂ ਵਿਭਾਗਾਂ ਨੂੰ ਕਿਉਂ ਤਾਲਾ ਲਗਾਇਆ ਗਿਆ। ਦੂਜੇ ਪਾਸੇ ਜਦ RTI ਫਰੀਦਕੋਟ ਦੇ ਅਧਿਕਾਰੀ ਦਫ਼ਤਰ ਦੇ ਵਿੱਚ ਵਿਭਾਗ ਦੇ ਕਮਰਿਆਂ ਨੂੰ ਤਾਲਾ ਲਗਾ ਰਹੇ ਸਨ ਤਾਂ ਉਸ ਵੇਲੇ DTO ਸਾਹਿਬ ਆਪਣੇ ਦਫ਼ਤਰ ਦੇ ਵਿੱਚ ਨਹੀਂ ਸਨ। ਇਹ ਵੀ ਜ਼ਿਕਰਯੋਗ ਹੈ ਕਿ ਮੋਗਾ ਦੇ DTO ਦਫ਼ਤਰ ਦਾ ਕੰਮ ਇਸ ਵੇਲੇ ਧਰਮਕੋਟ ਦੇ SDM ਨਰਿੰਦਰ ਸਿੰਘ ਦੇਖਦੇ ਨੇ ਅਤੇ ਉਹਨਾਂ ਨੂੰ ਇਸ ਘਟਨਾ ਦੇ ਬਾਰੇ ਦੱਸ ਦਿੱਤਾ ਗਿਆ। ਦੂਜੇ ਪਾਸੇ ਜਦੋਂ ਇਸ ਪੂਰੀ ਘਟਨਾ ਦੀ ਜਾਣਕਾਰੀ ਮੋਗਾ ਦੇ ਡਿਪਟੀ ਕਮਿਸ਼ਨਰ ਤੋਂ ਲੈਣੀ ਚਾਹੀ ਤਾਂ ਦਫ਼ਤਰ ਦੇ ਵਿੱਚ ਨਹੀਂ ਮਿਲੇ ਅਤੇ ਜਦੋਂ ਉਹਨਾਂ ਨੂੰ ਘਟਨਾ ਦੇ ਬਾਰੇ ਫੋਨ ਤੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਕੋਈ ਵੀ ਅਧਿਕਾਰੀ ਨਹੀਂ ਮਿਲਿਆ ਅਤੇ ਨਾ ਹੀ ਮੈਨੂੰ ਇਸ ਗੱਲ ਦੀ ਕੋਈ ਵੀ ਜਾਣਕਾਰੀ ਹੈ। ਦੇਖੋ, ਕਾਰਨ ਦਾ ਤਾਂ ਮੈਂ ਕੁਛ ਅਜੇ ਸਪਸ਼ਟ ਨਹੀਂ ਕਰ ਪਾਊਂਗਾ ਕਿਉਂਕਿ ਜਿਹੜੇ ਵੀ ਬੰਦਿਆਂ ਨੇ ਤਾਲੇ ਲਗਾਏ ਆ ਉਹਨਾਂ ਨੇ ਸਾਡੇ ਸਟਾਫ ਨੂੰ ਕੋਈ ਆਪਣਾ ਅਥੋਰਟੀ ਲੈਟਰ ਵਗੈਰਾ ਜਾਂ ਸਟਾਫ ਤਾਲੇ ਲਗਾਉਣ ਦਾ ਕੋਈ ਕਾਰਨ ਨਹੀਂ ਦੱਸਿਆ। ਸਿਰਫ ਉਹਨਾਂ ਨੇ ਤਾਲੇ ਲਗਾ ਕੇ ਇੱਕ ਕਾਗਜ਼, ਵਾਈਟ ਕਾਗਜ਼ ਜਿਹੜਾ ਦਰਵਾਜ਼ਿਆਂ 'ਤੇ ਚਸਪਾ ਕੀਤਾ ਸੀ ਜਿਹਦੇ 'ਤੇ ਲਿਖਿਆ ਗਿਆ ਸੀ ਕਿ ਬਾ ਹੁਕਮ RTI ਫਰੀਦਕੋਟ। ਬਾਅਦ ਦੁਪਹਿਰ ਦਾ ਟਾਈਮ ਸੀ, ਮੈਂ ਕੁਝ ਟਾਈਮ ਤਾਂ ਨੋਟ ਨਹੀਂ ਕੀਤਾ। ਮੇਰੇ ਸਟਾਫ ਵੱਲੋਂ ਫੋਨ ਕੀਤਾ ਗਿਆ ਕਿ ਵੀ ਸਾਨੂੰ ਕਮਰਿਆਂ ਦੇ ਵਿੱਚੋਂ ਬਾਹਰ ਕੱਢ ਕੇ ਤਾਲੇ ਲਗਾ ਦਿੱਤੇ ਗਏ ਆ। ਫਿਰ ਮੈਂ ਜਿਹੜੀ ਰਿਪੋਰਟ ਹੈਗੀ ਆ ਇਨਫੋਰਮੇਸ਼ਨ ਮਾਨਯੋਗ ਡਿਪਟੀ ਕਮਿਸ਼ਨਰ ਮੋਗਾ ਨੂੰ ਦਿੱਤੀ। ਕਿੰਨੇ ਕੰਮ ਦੀ ਤਾਂ ਸਟਾਫ ਜਿਹੜਾ ਆਪਣਾ ਲਾਇਸੈਂਸ ਦਾ ਕੰਮ ਜਾਂ ਕੁਛ ਜਿਹੜੀਆਂ ਕਾਪੀਆਂ ਬਣਦੀਆਂ ਸਾਡੀਆਂ ਉਹ ਵੀ ਕੰਮ ਹੋ ਰਿਹਾ ਸੀ। ਇੱਕ 11 ਨੰਬਰ ਕਮਰੇ 'ਚ ਅਸੀਂ ਚਲਾਨ ਕੱਟ ਰਹੇ ਸੀ ਜਿਹੜੇ ਪੁਲਿਸ ਵੱਲੋਂ ਜਾਂ ਸਾਡੇ ਆਪਣੇ ਵੱਲੋਂ ਜਿਹੜੇ ਚਲਾਨ ਕੀਤੇ ਜਾਂਦੇ ਆ 11 ਨੰਬਰ ਕਮਰੇ 'ਚ ਕੀਤੇ ਜਾਂਦੇ ਸੀ। 2-3 ਦਿਨ ਤੋਂ ਜਿਹੜਾ ਆਪਣਾ ਤੁਹਾਨੂੰ ਪਤਾ ਹੀ ਹੈ ਕਿ ਉਹ ਜਿਹੜਾ ਇਸ਼ੂ ਚੱਲ ਰਿਹਾ ਸੀਗਾ ਉਹਦੇ ਰਿਗਾਰਡਿੰਗ ਪਬਲਿਕ ਮੋਗੇ 'ਚ ਵੀ ਕਰਫਿਊ ਲੱਗਾ ਰਿਹਾ ਅਤੇ ਉਹਦੇ ਕਰਕੇ ਪਬਲਿਕ ਅੱਜ ਹੀ ਆਮ ਜ਼ਿੰਦਗੀ ਜਿਹੜੀ ਹੈਗੀ ਆ ਉਹ ਰਸਤੇ 'ਤੇ ਪਈ ਸੀਗੀ ਅਤੇ ਪਬਲਿਕ ਕਾਫੀ ਆ ਰਹੀ ਸੀ ਜੋ ਆਪਣੇ ਚਲਾਨ ਵਗੈਰਾ ਭੁਗਤ ਕੇ ਆਪਣੀਆਂ ਜਿਹੜੀਆਂ ਕਾਪੀਆਂ ਵਗੈਰਾ ਲੈਣ ਵਾਸਤੇ ਪੁਲਿਸ ਤੋਂ ਆਈ ਸੀਗੀ ਪਰ ਉਹ ਜਿੰਦੇ ਲੱਗਣ ਦੇ ਨਾਲ ਉਹਨਾਂ ਨੂੰ ਕਾਫੀ ਪਰੇਸ਼ਾਨੀ। ਸਰ, ਉੱਪਰ ਕੋਈ ਕਾਰਨ ਲਿਖਿਆ ਗਿਆ ਕਿਉਂ ਲਾਏ ਗਏ ਨੇ, ਕਿਸ ਕਾਰਨ? ਨਹੀਂ, ਸਿਰਫ ਜਿਹੜਾ ਚਸਪਾ ਕੀਤਾ ਗਿਆ ਸੀਗਾ ਉਹਦੇ 'ਚ ਬਾ ਹੁਕਮ RTF ਫਰੀਦਕੋਟ ਹੀ ਲਿਖਿਆ ਸੀ। ਕੋਈ ਕੀ ਹੁਕਮ ਕੀਤਾ ਗਿਆ ਇਹਦੇ ਬਾਰੇ ਤਾਂ ਕੁਛ ਕੋਈ ਰਿਕਾਰਡ ਵੀ ਲੈ ਗਏ ਜੀ? ਜਸਟਰ ਡੋਲੀ, ਕਿ ਤੁਹਾਡਾ ਕਾਨੂੰਨ ਇਦਾਂ ਦੀ ਗੱਲ ਦੱਸਦਾ ਵੀ ਕਿ ਕਿਸੇ ਵੀ ਦਫ਼ਤਰਕਾਰੀ ਮਹਿਕਮੇ ਦੇ ਦਫ਼ਤਰ ਨੂੰ ਆ ਕੇ ਜਿੰਦੇ ਲੱਗ ਸਕਦੇ ਆ, ਜਾਂ ਇਸ 'ਚ ਕੀ ਐਕਸ਼ਨ ਹੋਣਾ ਚਾਹੀਦਾ? ਬੀਇੰਗ ਮਿਨਿਸਟਰੇਟ, ਇਹਦੇ ਵਿੱਚ ਮੈਂ ਸਿਰਫ ਇੰਨਾ ਹੀ ਕਹਿਣਾ ਚਾਹਾਂਗਾ ਕਿ ਜਦੋਂ ਵੀ ਕਿਸੇ ਵੀ ਦਫ਼ਤਰ ਨੂੰ ਤਾਲੇ ਲਗਾਉਣੇ ਆ ਤਾਂ ਉਸ ਨਾਲ ਸੰਬੰਧਿਤ ਆਫੀਸਰ ਦੇ ਨਾਲ ਤਾਲਮੇਲ ਕਰਨਾ ਜ਼ਰੂਰੀ ਸੀ। ਖਾਣਾ ਖਾ ਰਿਹਾ ਸੀ ਜੀ, ਕੋਈ 2-3 ਬੰਦੇ ਆਏ, ਕਹਿੰਦੇ ਵੀ ਲੌਕ ਕਰਨਾ, ਤੁਸੀਂ ਬਾਹਰ ਆ ਜਾਓ। ਅਤੇ ਮੈਂ ਜਾਣਦਾ ਨਹੀਂ ਕੌਣ ਸੀ, ਕਹਿੰਦੇ RTS ਦਾ ਆਰਡਰ ਆ, ਤੁਸੀਂ ਬਾਹਰ ਆ ਜਾਓ। ਮੈਂ ਬਾਹਰ ਆ ਕੌਣ? ਤੁਸੀਂ ਉਹਨਾਂ ਤੋਂ ਕੋਈ ਆਰਡਰ ਦੇਖਿਆ? ਨਹੀਂ ਜੀ, ਨਹੀਂ, ਮੈਂ ਕੋਈ ਆਰਡਰ ਨਹੀਂ ਕੀਤਾ। ਕਹਿੰਦੇ ਸਾਨੂੰ ਉੱਥੋਂ ਆਏ ਹਾਂ ਅਸੀਂ ਫਰੀਦਕੋਟ, ਮੈਨੂੰ ਨਾ ਪਤਾ ਕੌਣ ਨੇ ਜੀ ਉਹ, ਕਹਿੰਦੇ ਬਾਹਰ ਆ ਜਾਓ, ਲੌਕ ਕਰਨਾ ਜੀ ਆਪਾਂ ਬਾਹਰ ਆ ਗਏ। ਮੇਰਾ ਸਵਾਲ ਵੀ ਉੱਠ ਕੇ ਬਾਹਰ ਆ ਜਾਓਗੇ? ਨਹੀਂ, ਹੁਣ ਕਿਉਂ? ਆਰਡਰ ਲੈ ਕੇ ਕਿਸੇ ਦੇ ਆਏ ਹੋਣਗੇ ਤਾਂ ਹੀ ਆਪਾਂ ਨਾ ਆਰਡਰ ਲੈ ਜਾਂਦੇ। ਤੁਸੀਂ ਆਰਡਰ ਦੇਖੇ? ਤੁਸੀਂ ਆਰਡਰ ਦੇਖੇਗੇ ਉਸ ਤੋਂ ਬਾਅਦ? ਨਹੀਂ, ਆਪਾਂ ਨੂੰ ਆਰਡਰ ਕੋਈ ਨਹੀਂ ਦਿਖਾਇਆ ਜੀ ਉਹਨਾਂ ਨੂੰ। ਉਹਨਾਂ ਦੇ ਆਰਡਰ ਤੋਂ ਤੁਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਆਰਡਰ ਦਿਖਾਓ? ਨਹੀਂ ਜੀ, ਨਹੀਂ ਕੋਈ ਆਰਡਰ ਨਹੀਂ ਜੀ, ਆਰਡਰ ਕੋਈ ਨਹੀਂ। ਭਾਜੀ, ਤੁਸੀਂ ਉਹਨਾਂ ਨੂੰ ਕਿਹਾ ਸਾਨੂੰ ਆਰਡਰ ਦਿਖਾਓ? ਜਿਹੜਾ ਜੀ, ਉਹਨਾਂ ਕੋਈ ਨਹੀਂ ਆਰਡਰ ਦਿਖਾਇਆ ਜੀ, ਉਹ ਕਹਿੰਦੇ ਤੁਸੀਂ ਅਸੀਂ ਲੌਕ ਕਰਨ ਸੀ ਬਾਹਰ ਆ ਜਾਓ। ਨਹੀਂ, ਬਸ ਉਹਨਾਂ ਨੇ ਇੰਨਾ ਕਿਹਾ ਤੁਸੀਂ ਬਾਹਰ ਆ ਗਏ। ਬਿਲਕੁਲ, ਉਹਨਾਂ ਨੇ ਲੌਕ ਲਾ ਦਿੱਤਾ। ਸਾਨੂੰ ਕੋਈ ਨਹੀਂ ਆ ਕੇ ਤੈਨੂੰ ਕਹੇ ਲੌਕ ਕਰਨਾ ਜੀ ਬਾਹਰ ਆ ਜਾਓ? ਜੀ, ਹਰਕਤ ਤਾਂ ਲੌਕਿਆ ਦੂਗਾ ਜੀ, ਉਹ ਕਹਿੰਦੇ ਸਰ ਕਿੰਨੇ ਕਮਰਿਆਂ ਨੂੰ ਲੌਕ ਲਾਏ ਉਹਨਾਂ ਨੇ? ਉਹਨਾਂ ਲਾਏ ਜੀ 3 ਕਮਰੇ। ਕਿੰਨਾ ਸਟਾਫ ਜਿਹੜਾ ਬਾਹਰ ਕੱਢਿਆ ਗਿਆ? ਨਹੀਂ, ਮੈਂ ਤਾਂ ਆਪਦੇ ਰੂਮ 'ਚ ਬਾਈ, ਬਾਕੀ ਦੂਜੇ ਰੂਮ 'ਚ ਬੈਠੇ ਹੋਏ ਸੀ ਲੜਕੇ ਜੀ। ਤੁਹਾਨੂੰ ਪਤਾ ਤੁਸੀਂ ਇੱਥੇ ਜੂਨੀਅਰ ਅਸਿਸਟੈਂਟ ਤੋਂ ਪਤਾ ਹੀ ਹੋਗਾ ਕਿੰਨੇ ਬਾਰੇ ਬਾਹਰ ਕੱਢਿਆ 3 ਕਮਰਿਆਂ 'ਚ? ਕਿੰਨਾ ਕਮਰੇ 'ਚ ਕਿੰਨੇ ਸਟਾਫ ਮੈਂਬਰ ਬੈਠੇ ਨੇ ਟੋਟਲ? ਨਹੀਂ, ਇੱਧਰ ਬੈਠਾ ਹੁੰਦਾ ਜੀ ਮੁੰਡਾ 11 ਨੰਬਰ ਨਵਦੀਪ ਬੈਠਾ ਜੀ, ਉਹ ਮਾੜਾ ਚਲਾਉਣਾ ਚਲਾਉਣਾ ਕਰਦਾ ਜੀ। ਇੱਕ ਦੇ ਵਿੱਚ 14 ਨੰਬਰ ਦੇ ਵਿੱਕੀ ਬੈਠਦਾ ਜੀ,
ਸਮਾਰਟ ਚਿੱਪ ਦਾ ਜੀ, ਉਹਨਾਂ ਨੂੰ ਕੱਢਿਆ ਬਾਹਰ। ਤੁਸੀਂ ਦੇਖਿਆ ਕਿੰਨੇ ਬੰਦੇ ਸੀਗੇ? ਨਹੀਂ, ਮੈਂ ਤਾਂ ਆਪਣੇ ਰੂਮ 'ਚ ਬੈਠਿਆ, ਮੈਂ ਖਾਣਾ ਬਾਹਰ। ਉਸ ਤੋਂ ਬਾਅਦ ਉਹ ਦਰਵਾਜ਼ੇ 'ਤੇ ਕੁਛ ਚਿਪਕਾ ਕੇ ਵੀ ਗਏ, ਕਿਹਦੇ ਹੁਕਮ ਵੱਲੋਂ ਬੰਦ ਕੀਤੇ ਗਏ ਹੈਗੇ ਕੁਛ? ਉਹ ਬਾਹਰ ਲਿਖਿਆ ਸੀ ਉਹਨਾਂ ਵੀ ਬਾਹਰ ਹੁਕਮ ਆਰਟੀਏ। ਉਹਦੇ 'ਤੇ ਕਿਸੇ ਦੇ ਹਸਤਾਖਰ ਸੀਗੇ? ਨਹੀਂ ਜੀ। ਕੋਈ ਮੋਹਰ ਸੀਗੀ? ਨਹੀਂ ਜੀ। ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।